ਪਾਰਟੀ ਦੀ ਕਨੂੰ ਪ੍ਰੀਆ ਨੇ ਪੰਜਾਬ ਯੂਨੀਵਰਸਿਟੀ ਦੀ ਪਹਿਲਾ ਲੜਕੀ ਪ੍ਰਧਾਨ ਹੋਣ ਦਾ ਮਾਣ ਹਾਸਲ ਕੀਤਾ ਹੈ। ਸਾਡੇ ਨਾਲ ਮੌਜੂਦ ਆ ਕਨੂੰ ਪ੍ਰੀਤ। ਸਤਿ ਸ਼੍ਰੀ ਅਕਾਲ। ਤੁਹਾਨੂੰ ਤੁਸੀਂ ਵਿਦਿਆਰਥੀ ਰਾਜਨੀਤੀ ਵਿੱਚ ਕਿਵੇਂ ਆਏ? ਵਿਦਿਆਰਥੀ ਰਾਜਨੀਤੀ ਵਿੱਚ ਮੈਂ ਇੱਥੇ ਜਦੋਂ ਯੂਨੀਵਰਸਿਟੀ ਵਿੱਚ ਹੀ ਆਉਂਦੀ ਹਾਂ ਅਤੇ ਇੱਥੇ ਇੱਕ ਮੁੱਦਿਆਂ 'ਤੇ ਹੁੰਦੀ ਰਾਜਨੀਤੀ ਮੈਂ ਦੇਖੀ 2015 ਵਿੱਚ। 14 ਵਿੱਚ ਵੀ SFS ਨੂੰ ਮੈਂ ਥੋੜ੍ਹਾ ਜਿਹਾ ਦੇਖਿਆ ਜਾਣਿਆ, ਪਰ ਜਦੋਂ 2015 ਵਿੱਚ ਇੱਥੇ ਬਹੁਤ ਹੀ ਇੱਕ ਇਸ਼ੂ ਬੇਸਡ ਪੋਲੀਟਿਕਸ ਭਗਤੀ ਦੇਖੀ, ਜਦੋਂ ਇੱਕ ਕੁੜੀਆਂ ਦਾ ਇਕੱਠ ਬਾਹਰ ਆ ਰਿਹਾ ਹੈ ਆਪਣੇ ਮੁੱਦਿਆਂ ਨੂੰ ਲੈ ਕੇ, ਤਾਂ ਮੇਰਾ ਪੋਲੀਟਿਕਸ 'ਚ ਇੰਟਰਸਟ ਪਿਆ। ਤੁਹਾਡੀ ਪ੍ਰਾਥਮਿਕਤਾ ਕਿਹੜੇ ਕੰਮਾਂ 'ਤੇ ਰਹੇਗੀ? ਵਿਦਿਆਰਥੀਆਂ ਨਾਲ ਸੰਬੰਧਿਤ ਜੋ ਵੀ ਮੁੱਦੇ ਨੇ ਤੁਸੀਂ ਸਭ ਤੋਂ ਪਹਿਲਾਂ ਕਿਸਨੂੰ ਚੁੱਕੋਗੇ? ਮੇਰਾ ਸਭ ਤੋਂ ਜਿਹੜਾ ਇੱਕ ਸਾਡਾ ਆਰਗੇਨਾਈਜੇਸ਼ਨ ਦਾ ਵੀ ਇੱਕ ਪੈਟਰਨ ਰਿਹਾ ਹੈ, ਇੱਕ ਕੰਮ ਕਰਨ ਦਾ ਤਰੀਕਾ ਰਿਹਾ ਹੈ, ਜਿਹੜਾ ਕਿ ਇੱਕ ਸਟੂਡੈਂਟਸ ਨੂੰ ਇਕੱਠਾ ਕਰਕੇ ਇੱਕ ਜਨਰਲ ਬੋਡੀ ਮੀਟਿੰਗ ਦੇ ਥਰੂ ਕੀਤਾ ਜਾਏ, ਤਾਂ ਉਹੀ ਪੈਟਰਨ ਹੁਣ ਕਾਊਂਸਲ ਦੇ ਵਿੱਚ ਆਵੇਗਾ। ਹੁਣ ਕਾਊਂਸਲ ਵੀ ਇੱਕ ਸਟੂਡੈਂਟ ਦੇ ਹਿਸਾਬ ਨਾਲ ਚੱਲੇਗੀ, ਸਟੂਡੈਂਟਸ ਦੇ ਇਕੱਠੇ ਕਰਕੇ ਚੱਲੇਗੀ, ਤਾਂ ਇਹ ਕਰਕੇ ਇਸ ਤੋਂ ਬਾਅਦ ਜਿਹੜੇ ਸਾਡੇ ਪ੍ਰਾਈਮ ਮੁੱਦੇ ਰਹਿਣ ਵਾਲੇ ਆ, ਉਹ 'ਚ ਹੋਸਟਲਸ ਦਾ ਟ੍ਰਾਂਸਪੇਰੈਂਸੀ ਹੋਣਾ, ਹੋਸਟਲ ਅਲੋਟਮੈਂਟ ਦਾ ਟ੍ਰਾਂਸਪੇਰੈਂਸੀ ਹੋਣਾ, ਉਹਦਾ ਆਨਲਾਈਨ ਕੋਈ ਪੋਰਟਲ ਹੋਣਾ ਉਹ ਰਹੇਗਾ। ਦੂਸਰਾ ਚੀਜ਼ ਇੱਥੇ ਜੋ ਵੀ 24 ਘੰਟੇ ਦੀ ਡਿਮਾਂਡ ਕੁੜੀਆਂ ਦੀ ਲਗਾਤਾਰ ਕਾਫੀ ਕੁੜੀਆਂ ਤੋਂ ਆ ਰਹੀ ਹੈ, ਉਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਜੇ ਕੋਈ 2% ਕੁੜੀਆਂ ਵੀ ਚਾਹੁੰਦੀਆਂ ਨੇ ਯੂਨੀਵਰਸਿਟੀ ਦਾ ਮਾਹੌਲ 'ਚ ਹੋਵੇ, ਤਾਂ ਮੈਨੂੰ ਲੱਗਦਾ ਉਹ ਲਾਗੂ ਕਰਨਾ ਬਣਦਾ, ਯੂਨੀਵਰਸਿਟੀ ਦਾ ਇੱਕ ਇੰਪੋਰਟੈਂਟ ਜ਼ਿੰਮੇਵਾਰੀ ਬਣਦਾ ਆ। ਅਤੇ ਹੋਰ ਤੀਜਾ ਚੀਜ਼ ਕਿ ਇੱਥੇ ਜਿਵੇਂ ਪ੍ਰਾਈਵੇਟਾਈਜੇਸ਼ਨ ਦਾ ਅਟੈਕ ਬਹੁਤ ਹੀ ਯੂਨੀਵਰਸਿਟੀ ਵਿੱਚ ਵੱਧ ਰਿਹਾ ਹੈ, ਹਰ ਇੱਕ ਯੂਨੀਵਰਸਿਟੀ ਵਿੱਚ ਇੱਕ ਲਗਾਤਾਰ ਇੱਕ ਫੀ ਹਾਈਕ ਜਿਹੜੀ ਫੀਸਾਂ ਦਾ ਵਾਧਾ ਚੱਲਦਾ ਆ ਰਿਹਾ ਹੈ, ਉਹਨੂੰ ਇਸ ਵਾਰ ਦੀ ਕਾਊਂਸਲ ਵੀ ਚੰਗੀ ਤਰ੍ਹਾਂ ਐਡਰੈਸ ਕਰੇਗੀ, ਕਾਊਂਸਲ ਵੀ ਉਹਨੂੰ ਇੱਕ ਜਵਾਬ ਦੇਗੀ, ਨਾ ਕਿ ਉਹਨੂੰ ਮਹਿੰਗਾਈ ਦੇ ਨਾਲ ਕੰਪੇਅਰ ਕਰਕੇ ਜਾਂ ਫਿਰ ਇਹ ਕੰਪੇਅਰ ਕਰਕੇ ਕਿ ਤੁਹਾਡੇ ਮਾਤਾ ਪਿਤਾ ਦੀ ਵੀ ਤਾਂ ਤਨਖਾਹ ਵੱਧ ਰਹੀ ਹੈ ਅਤੇ ਫਿਰ ਪੜ੍ਹਾਈ ਮਹਿੰਗੀ ਹੋਣਾ, ਕੋਈ ਉਹਨੂੰ ਜਿਹੜਾ ਇੱਕ ਜਿਹੜਾ ਇੱਕ ਪ੍ਰਾਈਵੇਟਾਈਜੇਸ਼ਨ ਦੇ ਹੱਕ 'ਚ ਖੜ ਰਿਹਾ, ਉਹਨੂੰ ਇਸ ਵਾਰ ਅਪੋਜ਼ ਕਰਦੇ ਹੋਏ ਇੱਕ ਯੂਨੀਵਰਸਿਟੀ ਵਿੱਚ ਪਲੇਟਫਾਰਮ ਬਣਾਇਆ ਜਾਵੇ, ਤਾਂ ਕਿ ਇਸ ਨੂੰ ਇਹਨੂੰ ਸਵਾਲ ਕੀਤਾ ਜਾਵੇ ਫਨੋਮੀਨਾ ਨੂੰ। ਵਿਦਿਆਰਥੀ ਕੌਂਸਲ ਹੈ ਜਿਹੜੀ, ਉਹਦੇ 'ਚ ਅਲੱਗ ਅਲੱਗ ਪਾਰਟੀਆਂ ਦੇ ਨੇ, ਜਿਵੇਂ NSUI ਦੇ ਵੀ ਨੇ ਅਤੇ INSO ਦੇ ਵੀ ਨੇ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਤੁਹਾਡੀ ਕੋਈ ਮਿਸਅੰਡਰਸਟੈਂਡਿੰਗ ਹੋਏਗੀ? ਮਿਸਅੰਡਰਸਟੈਂਡਿੰਗ ਤਾਂ ਹੋਏ ਜੇ ਇਹ ਸਾਰੇ ਇੱਕ ਏਮ ਲੈ ਕੇ ਨਹੀਂ ਜਾ ਰਹੇ, ਤਾਂ ਸਾਰੇ ਕਾਊਂਸਲ 'ਚ ਇਹ ਏਮ ਲੈ ਕੇ ਆ ਰਹੇ ਨੇ ਕਿ ਅਸੀਂ ਯੂਨੀਵਰਸਿਟੀ ਕਾਊਂਸਲ 'ਚ ਬੈਠ ਕੇ ਸਟੂਡੈਂਟਸ ਦੇ ਮੁੱਦਿਆਂ ਨੂੰ ਐਡਰੈਸ ਕਰਨਾ ਹੈ, ਅਸੀਂ ਉਹਨਾਂ ਨੂੰ ਰਿਜ਼ੋਲਵ ਕਰਾਉਣਾ ਹੈ। ਜਦੋਂ ਆਪਣਾ ਇੱਕ ਏਮ ਇਕੱਠਾ ਆ, ਆਪਾਂ ਵੀ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਇੱਕ ਨਾਲ ਲੈ ਕੇ ਚੱਲਣ ਵਾਲੇ ਹਾਂ, ਤਾਂ ਕਾਊਂਸਲ ਤਾਂ ਪਹਿਲਾਂ ਖੁਦ ਇਕੱਠੇ ਚੱਲੇਗੀ ਹੀ ਜ਼ਰੂਰ, ਤਾਂ ਕਾਊਂਸਲ ਦੇ ਵਿੱਚ ਇਹ ਸਹਿਮਤੀ ਤਾਂ ਪਹਿਲਾਂ ਤੋਂ ਹੀ ਹੈ ਕਿ ਅਸੀਂ ਵਿਦਿਆਰਥੀਆਂ ਦੇ ਸਾਰੇ ਇੱਕ ਜਿਹੜੇ ਦਿੱਕਤਾਂ ਨੇ ਉਹਨਾਂ ਨੂੰ ਰਿਜ਼ੋਲਵ ਕਰਾਉਣੀਆਂ, ਯੂਨੀਵਰਸਿਟੀ ਨੂੰ ਇੱਕ ਬਹੁਤ ਹੀ ਸੋਹਣਾ ਇੱਕ ਸਮਾਜ ਦਾ ਲਈ ਇਗਜ਼ਾਮਪਲ ਬਣਾਉਣਾ ਹੈ, ਤਾਂ ਉਹਦੇ ਲਈ ਸਾਰੇ ਇਕੱਠੇ ਮਿਲ ਕੇ ਕੰਮ ਕਰਨਗੇ। ਅਤੇ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਸਟੇਟਸ ਨੂੰ ਲੈ ਕੇ ਸ਼ੁਰੂ ਤੋਂ ਪਾਰਟੀਆਂ ਰਾਜਨੀਤੀ ਕਰਦੀਆਂ ਆਈਆਂ, ਤੁਹਾਡਾ ਪਾਰਟੀ ਤੋਂ ਤੁਹਾਡਾ ਕੀ ਪੱਖ ਹੈ ਇਸ ਮੁੱਦੇ 'ਤੇ? ਸੈਂਟਰਲ ਸਟੇਟਸ ਵਾਲੇ ਤਾਂ ਇਹ ਮੇਰਾ ਪੱਖ ਸਾਡੇ ਆਰਗੇਨਾਈਜੇਸ਼ਨ ਦਾ ਪੱਖ ਰਹਿੰਦਾ ਹੈ ਕਿ ਜਦੋਂ ਯੂਨੀਵਰਸਿਟੀਆਂ ਦੀ ਗੱਲ ਕਰੀਏ ਸੈਂਟਰਲ ਯੂਨੀਵਰਸਿਟੀਆਂ ਦੀ, ਤਾਂ ਉਹਦੇ ਵਿੱਚ ਵੀ ਬਰਾਬਰ ਫੀ ਹਾਈਕ ਆਪਾਂ ਦੇਖਣ ਨੂੰ ਮਿਲਦੀ ਆਪਾਂ ਨੂੰ, ਅਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੈਂਟਰਲ ਯੂਨੀਵਰਸਿਟੀ 'ਚ ਵੀ ਹੋ ਰਹੀਆਂ ਨੇ, ਤਾਂ ਆਪਾਂ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਇੱਕ ਸੈਂਟਰਲ ਸਟੇਟਸ ਦਵਾ ਕੇ ਵੀ ਉਹਨਾਂ ਦੇ ਹੱਥਾਂ 'ਚ ਦੇਣ ਵਾਲੇ ਹਾਂ, ਇਹਦੇ ਨਾਲ ਕੋਈ ਇੰਪਰੂਵਮੈਂਟ ਨਹੀਂ ਹੋਣ ਵਾਲੀ, ਇਹਦੇ ਨਾਲ ਕੋਈ ਇਹ ਨਹੀਂ ਹੈਗਾ ਕਿ ਯੂਨੀਵਰਸਿਟੀ ਫਿਰ ਉਹ ਤੋਂ ਬਾਅਦ ਫੀ ਹੈ ਕਿ ਨਹੀਂ ਹੋਊਗੀ, ਸੈਂਟਰਲ ਸਟੇਟਸ ਆ ਗਿਆ ਤਾਂ ਬਸ ਫੀਸਾਂ ਉਨੀਆਂ ਰਹਿਣਗੀਆਂ, ਤਾਂ ਇਹ ਚੀਜ਼ ਤਾਂ ਸਰਕਾਰਾਂ 'ਤੇ ਕੁਐਸਚਨ ਕਰਨ ਵਾਲੀ ਹੈ ਕਿ ਜਦੋਂ ਐਜੂਕੇਸ਼ਨ 'ਤੇ ਪੈਸਾ ਲਾਇਆ ਜਾਊਗਾ ਤਾਂ ਉਹ ਕਿੰਨਾ ਲਾਇਆ ਜਾਊਗਾ, ਉਹ ਸਭ ਦੇ ਸਟੂਡੈਂਟਸ ਦੇ ਹੱਥ ਵਿੱਚ ਵੀ ਐਜੂਕੇਸ਼ਨ ਹੈ ਕਿ ਨਹੀਂ ਹੈ, ਤਾਂ ਸੈਂਟਰਲ ਸਟੇਟਸ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਤਰ੍ਹਾਂ ਨਾਲ ਇੱਕ ਇਹਨੂੰ ਸੁਲਝਾ ਸਕਦਾ ਚੀਜ਼ ਨੂੰ। ਅਤੇ ਪਾਰਟੀ ਵੱਲੋਂ ਜਿਹੜਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਸੀ ਇਲੈਕਸ਼ਨ ਤੋਂ ਪਹਿਲਾਂ, ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਇਸ਼ੂ ਚੱਕੋਗੇ? ਜਿਹੜਾ ਮੈਨੀਫੈਸਟੋ ਦੀ ਗੱਲ ਕਰੋ ਤੁਸੀਂ, ਹੈ ਨਾ, ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਸ਼ੂ ਜਿਹੜਾ ਚੱਕਿਆ ਜਾਏਗਾ, ਇੱਕ ਪਹਿਲਾਂ ਤਾਂ ਸਭ ਤੋਂ ਪਹਿਲਾਂ GBM ਕਰਾਇਆ ਜਾਏਗਾ, ਯੂਨੀਵਰਸਿਟੀ GBM ਜਿਸ 'ਚ ਸਭ ਨੂੰ ਬੁਲਾਇਆ ਜਾਏਗਾ ਔਰ ਗੱਲਬਾਤ ਕੀਤੀ ਜਾਏਗੀ, ਕਿਉਂਕਿ ਉਹਦੇ ਥਰੂ ਹੀ ਡਿਸਾਈਡ ਹੋਏਗਾ ਕਿ ਸਾਡੇ ਪ੍ਰਾਈਮ ਏਜੰਡਾਸ ਕੀ ਰਹਿਣ ਵਾਲੇ ਆ। ਬਟ ਫਿਰ ਵੀ ਇੱਥੋਂ ਦੀ ਜਿਹੜਾ ਹੋਸਟਲ ਟ੍ਰਾਂਸਪੇਰੈਂਸੀ ਲਈ ਸਾਨੂੰ ਆਨਲਾਈਨ ਪੋਰਟਲ ਚਾਹੀਦਾ, ਉਹਨੂੰ ਅਸੀਂ ਪ੍ਰਾਈਮ ਤੌਰ 'ਤੇ ਪਹਿਲਾਂ ਪੂਰਾ ਕਰਾਵਾਂਗੇ। ਕਨੂੰ ਪ੍ਰੀਆ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਹੱਲ ਕਰਨਗੇ। ਕੈਮਰਾਮੈਨ ਸੁਰਿੰਦਰ ਨਾਲ ਮਨਜੋਤ ਸਿੰਘ, ਅਜੀਤ ਵੈਬ ਟੀਵੀ।